ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਤੇ ਮੈਂ ਆ ਤੁਹਾਡੇ ਨਾਲ ਰਵੀ ਸੰਗਰਾਹੂਰ। ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਭਾਰਤ ਤੇ ਪੰਜਾਬ ਸਰਕਾਰ ਹਮੇਸ਼ਾ ਹੀ ਸਤਰਕ ਰਹੀ ਹੈ। ਐਸਐਫਜੇ ਵੱਲੋਂ ਰੈਫਰੈਂਡਮ 2020 ਦਾ ਨਾਰਾ ਦੋਹਾਂ ਸਰਕਾਰਾਂ ਨੂੰ ਹਮੇਸ਼ਾ ਸਤਾਉਂਦਾ ਰਿਹਾ। ਖਾਲਿਸਤਾਨ ਨਾਲ ਸੰਬੰਧਿਤ ਹੁਣ ਇੱਕ ਹੋਰ ਸਮੱਸਿਆ ਸਰਕਾਰਾਂ ਸਾਹਮਣੇ ਆਣ ਖਲੋਈ ਹੈ। ਕੀ ਹੈ ਇਹ ਸਮੱਸਿਆ, ਆਓ ਜਾਣਦੇ ਹਾਂ ਇਸ ਰਿਪੋਰਟ ਜ਼ਰੀਏ। ਜਿਵੇਂ ਜਿਵੇਂ 2020 ਨੇੜੇ ਆ ਰਿਹਾ, ਤਿਵੇਂ ਤਿਵੇਂ ਖਾਲਿਸਤਾਨੀ ਸੰਗਠਨਾਂ ਵੱਲੋਂ ਆਪਣੀ ਮੁਹਿੰਮ ਨੂੰ ਨੇਪਰੇ ਚਾੜਨ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਵਾਧਾ ਕੀਤਾ ਜਾ ਰਿਹਾ। ਜਿੱਥੇ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਆਪੋ ਆਪਣੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਹੀ ਇੱਕ ਨਵਾਂ ਮਾਮਲਾ ਵੀ ਸਾਹਮਣੇ ਆਣ ਖਲੋਇਆ। ਉਹ ਹੈ ਗੂਗਲ ਕੋਲ ਖਾਲਿਸਤਾਨ ਸੰਬੰਧੀ ਦਰਜ ਜਾਣਕਾਰੀ। ਦਰਅਸਲ ਜਦ ਅਸੀਂ ਗੂਗਲ 'ਤੇ ਕੈਪੀਟਲ ਆਫ ਖਾਲਿਸਤਾਨ ਸਰਚ ਕਰਦੇ ਹਾਂ ਤਾਂ ਗੂਗਲ ਦਾ ਜਵਾਬ ਦੇਖ ਕੇ ਇੱਕ ਵਾਰ ਹੈਰਾਨੀ ਹੋ ਜਾਂਦੀ ਹੈ। ਗੂਗਲ ਖਾਲਿਸਤਾਨ ਦੀ ਰਾਜਧਾਨੀ ਪਾਕਿਸਤਾਨ 'ਚ ਸਥਿਤ ਲਾਹੌਰ ਦੱਸਦਾ ਹੈ। ਜਿਵੇਂ ਹੀ ਇਹ ਮਾਮਲਾ ਬਾਹਰ ਆਇਆ ਤਾਂ ਸਿਆਸਤ ਵਿੱਚ ਹਿਲਜੁਲ ਦੇ ਨਾਲ ਨਾਲ ਐਸਐਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਵੀ ਹੈਰਾਨੀ ਪ੍ਰਗਟਾਈ। ਹੁਣ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹਾ ਹੋਣਾ ਪਾਕਿਸਤਾਨ ਦੀ ਕੋਈ ਸੋਚੀ ਸਮਝੀ ਚਾਲ ਹੈ ਜਾਂ ਫਿਰ ਇਹ ਪਾਕਿਸਤਾਨ ਲਈ ਚੁਣੌਤੀ ਹੈ। ਬੇਸ਼ੱਕ ਖਾਲਿਸਤਾਨੀ ਸਮਰਥਕ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਸਰਗਰਮ ਨੇ, ਪਰ ਪਾਕਿਸਤਾਨ ਵੱਲੋਂ ਇਸ ਮੁਹਿੰਮ ਦਾ ਕਦੇ ਵੀ ਵਿਰੋਧ ਨਹੀਂ ਕੀਤਾ ਗਿਆ। ਸਗੋਂ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਸਮੇਂ ਵੀ ਇਹੀ ਸਾਹਮਣੇ ਆਇਆ ਕਿ ਪਾਕਿਸਤਾਨ ਕਹਿ ਰਿਹਾ ਕਿ ਭਾਰਤ ਵਾਲੇ ਪਾਸਿਓਂ ਕੋਈ ਸਿੱਖ ਜਾਂ ਗੈਰ ਸਿੱਖ ਇੱਧਰ ਆਵੇ ਤਾਂ ਉਸਦਾ ਗਰਮਜੋਸ਼ੀ ਨਾਲ ਸਵਾਗਤ ਹੋਵੇ, ਜੋ ਕਿ ਚੰਗੀ ਗੱਲ ਹੈ। ਪਰ ਇਸ ਵਿਚਕਾਰ ਇਹ ਵੀ ਸਾਹਮਣੇ ਆਇਆ ਕਿ ਜੇਕਰ ਖਾਲਿਸਤਾਨੀ ਸਮਰਥਕ ਆਉਂਦੇ ਨੇ ਤਾਂ ਉਹਨਾਂ ਦਾ ਵੀ ਬਾਕਾਇਦਾ ਸਵਾਗਤ ਹੋਵੇ, ਭਾਵ ਕਿ ਪਾਕਿਸਤਾਨ ਨੂੰ ਇਸ ਮੁਹਿੰਮ ਤੋਂ ਕੋਈ ਵੀ ਪਰੇਸ਼ਾਨੀ ਨਹੀਂ, ਜਦਕਿ ਸਾਡੇ ਦੇਸ਼ ਵੱਲੋਂ ਇਸ ਮੁਹਿੰਮ ਨੂੰ ਕਰੜੇ ਹੱਥੀਂ ਲਿਆ ਜਾਂਦਾ, ਚਾਹੇ ਉਹ ਐਸਐਫਜੇ 'ਤੇ ਪਾਬੰਦੀ ਦੀ ਗੱਲ ਹੋਵੇ ਜਾਂ ਫਿਰ ਖਾਲਿਸਤਾਨ ਦੀ ਵੋਟਿੰਗ ਲਈ ਚੱਲਦੀ ਵੈਬਸਾਈਟ ਨੂੰ ਬੰਦ ਕਰਵਾਉਣ ਦੀ ਹੋਵੇ। ਹੁਣ ਜੇਕਰ ਗੂਗਲ ਮੁਤਾਬਿਕ ਅਜਿਹਾ ਹੈ ਤਾਂ ਇਹ ਮਾਮਲਾ ਵੀ ਸੰਜੀਦਾ ਹੈ, ਜਿਸ ਨੂੰ ਦੇਖਦੇ ਹੋਏ 2020 ਭਾਰਤ ਲਈ ਚੁਣੌਤੀਪੂਰਨ ਸਾਬਿਤ ਹੋ ਸਕਦਾ। ਕਿਉਂਕਿ ਇਸ ਮਾਮਲੇ 'ਚ ਸਿਆਸੀ ਪ੍ਰਤੀਕਿਰਿਆ ਹਮੇਸ਼ਾ ਹੀ ਉੱਚੇ ਪੱਧਰ ਦੀ ਆਉਂਦੀ ਹੈ, ਕਿਉਂਕਿ ਪੰਜਾਬ ਦੀਆਂ ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਖਾਲਿਸਤਾਨ ਦਾ ਵਿਰੋਧ ਕਰਦੀਆਂ ਨੇ। ਸਾਡੇ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਪੱਖ ਵੀ ਜਾਣਿਆ ਗਿਆ, ਕੀ ਕੁਝ ਕਿਹਾ ਆਓ ਸੁਣਦੇ ਹਾਂ। ਦੇਖੋ ਜੀ, ਕੋਈ ਵੀ ਬੰਦਾ ਕੁਛ ਵੀ ਮੰਗ ਕਰ ਸਕਦਾ, ਪਰ ਇੱਥੇ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਔਰ ਨਾ ਹੀ ਕਿਸੇ ਨੂੰ ਪਤਾ ਵੀ ਉਹ ਕੀ ਨੇ ਆ, ਕੌਣ ਹੈ। ਕਈ ਵਾਰੀ ਤਾਂ ਲੋਕ ਇਹ ਗੱਲ ਕਰਦੇ ਵੀ ਇੰਟੈਲੀਜੈਂਸ ਏਜੰਸੀਆਂ ਦੀ ਗੱਲ ਹੈ ਤਾਂ ਕਿ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਮੁੜ ਕੇ ਉਹਨਾਂ ਦੇ ਪਰਚੇ ਦੇ ਦਿਓ, ਬੱਚਿਆਂ ਦੀ ਜ਼ਿੰਦਗੀਆਂ ਖਰਾਬ ਕਰ ਦਿਓ। ਸੋ ਕਈ ਐਂਗਲ ਨੇ, ਸੋ ਇੱਥੇ ਕੋਈ ਉਹਦਾ ਆਧਾਰ ਨਹੀਂ ਹੈ ਪੰਜਾਬ 'ਚ। ਦੇਖੋ ਪੰਜਾਬ ਦੇ ਵਿੱਚ ਕਿੰਨੀਆਂ ਸਮੱਸਿਆਵਾਂ ਹੈ, ਨੌਕਰੀਆਂ ਸਾਡੇ ਨੌਜਵਾਨਾਂ ਨੂੰ ਨਹੀਂ ਮਿਲ ਰਹੀਆਂ, ਜਿਹੜਾ ਇਲਾਜ ਕਿਸੇ ਨੂੰ ਅਫੋਰਡੇਬਲ ਨਹੀਂ ਮਿਲ ਰਿਹਾ, ਜਿਹੜਾ ਅਸੀਂ ਦਿੱਲੀ 'ਚ ਦੇ ਰਹੇ ਹਾਂ। ਮਤਲਬ ਹਰ ਥਾਂ ਰਿਸ਼ਵਤਖੋਰੀ ਹੈ, ਰੇਤੇ ਦੀ ਕਾਲਾਬਜ਼ਾਰੀ ਉਸੇ ਤਰੀਕੇ ਨਾਲ ਹੋ ਰਹੀ ਹੈ, ਥਾਣਿਆਂ ਦੇ ਵਿੱਚ ਪੈਸੇ ਉਸੇ ਤਰੀਕੇ ਨਾਲ ਮੰਗੇ ਜਾ ਰਹੇ ਆ। ਕਿਹੜਾ ਸ਼ੋਭਾ ਹੈ, ਇੰਡਸਟਰੀ ਦਾ ਬੁਰਾ ਹਾਲ ਹੈ। ਜਿੰਨਾ ਅਕਾਲੀਆਂ ਨੇ ਤਬਾਹ ਕੀਤੀ ਸੀ ਉਸ ਤੋਂ ਵੱਧ ਇਹਨਾਂ ਨੇ ਤਬਾਹ ਕਰਤੀ, ਕੋਈ ਇੱਥੇ ਇੰਡਸਟਰੀ ਲਾ ਕੇ ਰਾਜੀ ਨਹੀਂ ਹੈ। ਟਰਾਂਸਪੋਰਟ ਮਹਿਕਮੇ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਐਡਾ ਵੱਡਾ ਮਹਿਕਮਾ, ਕਮਾਈ ਵਾਲੀ ਵਾਲਾ ਮਹਿਕਮਾ, ਸਿਰਫ 150 ਮੁਲਾਜ਼ਮ ਹੈ, ਜ਼ਿਲ੍ਹੇ ਦੇ ਵਿੱਚ 4-4, 5-5 ਮੁਲਾਜ਼ਮ ਹੈ। ਸੋ ਉਹ ਕੰਮ ਨਹੀਂ ਹੋ ਰਿਹਾ, ਕਿਤੇ ਬੁਰਾ ਹਾਲ ਹੈ ਟਰਾਂਸਪੋਰਟ ਮਹਿਕਮੇ ਦਾ। ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਰੋਜ਼ ਮੁਜ਼ਾਹਰੇ ਹੋ ਰਹੇ ਆ, ਹਰ ਪਾਸੇ ਸਮੱਸਿਆਵਾਂ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ। ਜਿਹੜੀ ਗੱਲ ਕੋਈ ਹੈ ਨਹੀਂ ਇੱਥੇ, ਉਹਨੂੰ ਦਿਖਾ ਕੇ ਲੋਕਾਂ ਦਾ ਧਿਆਨ ਭਟਕਾਉਣ ਵਾਲੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਦਾ ਵੀ ਇਹ ਪੁਰਾਣਾ ਤਰੀਕਾ ਰਿਹਾ, ਕਦੇ ਆਪ ਹੀ ਉਹ ਡੈਕਲਰੇਸ਼ਨ 'ਤੇ ਸਾਈਨ ਕਰਦੇ ਅਨੰਦਪੁਰ ਸਾਹਿਬ ਦੇ ਮਤੇ 'ਤੇ। ਸੋ ਇਹ ਗੱਲਾਂ ਸਾਰੀਆਂ, ਪੰਜਾਬ ਸਾਨੂੰ ਚਾਹੀਦਾ, ਪੰਜਾਬ ਸਰਕਾਰ ਨੂੰ ਵੀ ਚਾਹੀਦਾ, ਜਿਹੜੀਆਂ ਸਾਡੀਆਂ ਅੱਜ ਦੀਆਂ ਸਾਡੀਆਂ ਸਮੱਸਿਆਵਾਂ ਸਾਡੇ ਦਰਪੇਸ਼ ਹੈ, ਨਾਲੇ ਸਿੱਖ ਤਾਂ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ। ਸੋ ਇਹ ਉਲਝਾਉਣ ਵਾਲੀ ਗੱਲ ਹੈ, ਸਾਡੇ ਬੱਚਿਆਂ 'ਤੇ ਪਰਚੇ ਦੇਣ ਵਾਲੀ ਗੱਲ ਹੈ, ਬੱਚੇ ਜਿਹੜੇ ਨੌਕਰੀਆਂ ਮੰਗਦੇ, ਜਿਹੜੇ ਐਜੂਟੇਸ਼ਨਾਂ ਕਰਦੇ ਆ, ਉਹਨਾਂ ਨੂੰ ਡਰਾ ਕੇ ਪਰਚੇ ਦੇ ਕੇ ਉਜਾੜ ਕੇ ਘਰੇ ਬਿਠਾਉਣ ਵਾਲੀ ਗੱਲ ਹੈ। ਔਰ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਜਦੋਂ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਖੜ੍ਹੀ ਹੋਈ ਸੀ ਤਾਂ ਉਹ ਮੂਵਮੈਂਟ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ ਸੀ ਇਹ ਸ਼ਬਦ
ਕਿਸੇ ਵੀ ਪਰਸਨੈਲਿਟੀ ਨੇ ਕਿਸੇ ਵੀ ਸਿੱਖ ਆਗੂ ਨੇ ਇਹ ਮੰਗ ਨਹੀਂ ਕੀਤੀ ਸੀ। ਸਾਡੇ ਇੱਥੇ ਤਾਂ ਸਾਰਾ ਹਿੰਦੁਸਤਾਨ ਸਾਡਾ, ਸਾਡਾ ਜੇ ਅਸੀਂ ਖਾਲਿਸਤਾਨ ਬਣਾਉਣਾ ਹੈ ਤਾਂ ਸਾਡਾ ਖਾਲਿਸਤਾਨ ਤਾਂ ਉਹੀ ਹੈ ਨਾ ਜਿੱਥੇ ਨਿਆਂ ਹੋਵੇ, ਜਿੱਥੇ ਸਾਰੇ ਪਿਆਰ ਨਾਲ ਰਹਿਣ, ਜਿੱਥੇ ਸਭ ਨੂੰ ਅੰਨ ਮਿਲੇ। ਅਤੇ ਸਾਡੀ ਰਾਜਧਾਨੀ ਦਿੱਲੀ ਵੀ ਹੋ ਸਕਦੀ ਹੈ, ਇਹ ਕੋਈ ਗੱਲ ਨਹੀਂ ਹੈ। ਦੇਖੋ ਜੀ, ਇਹ ਬਿਲਕੁਲ ਸਹੀ ਗੱਲ ਹੈ, ਜੇ ਕੋਈ ਹਿੰਦੁਸਤਾਨ ਮੰਗ ਦੀ ਗੱਲ ਕਰਦਾ ਤਾਂ ਖਾਲਿਸਤਾਨ ਦੀ ਗੱਲ ਕਰਨਾ ਕਿਵੇਂ ਗੈਰ ਕਾਨੂੰਨੀ ਹੈ? ਸੋ ਇਹ ਗੱਲਾਂ ਸਿਰਫ ਲੋਕਾਂ ਨੂੰ ਭਟਕਾ ਕੇ ਜਿਹੜੇ ਅਸਲ ਮੁੱਦੇ ਉਹਨਾਂ ਤੋਂ ਦੂਰ ਕਰਨ ਦੀ ਗੱਲ ਹੈ। ਬਿਲਕੁਲ ਬਿਲਕੁਲ, ਸਾਡਾ ਜਿਹੜਾ ਵੀ ਬੰਦਾ ਭਾਰਤ ਦੇ ਸੰਵਿਧਾਨ ਦੀ ਕਦਰ ਕਰਦਾ, ਉਹ ਕਿਸੇ ਖਾਸ ਧਰਮ ਨੂੰ ਸਰਕਾਰ ਦੁਆਰਾ ਥੋਪੇ ਜਾਣ ਦੀ ਵਕਾਲਤ ਨਹੀਂ ਕਰੇਗਾ। ਜੇ ਉਹ ਕਰੇਗਾ ਤਾਂ ਉਹ ਗਲਤ ਹੈ। ਦੇਖੋ ਜੀ, ਜਿਹੜੇ ਤਾਂ ਤੁਹਾਡੇ ਵਿਰੋਧੀ ਨੇ, ਜਿਹੜੇ ਸ਼ਰੀਕ ਹੁੰਦੇ ਆ, ਉਹਨਾਂ ਨੇ ਤਾਂ ਚਾਲਾਂ ਚੱਲਣੀਆਂ ਹੁੰਦੀਆਂ। ਇਹ ਤਾਂ ਪਰਿਵਾਰ ਦੇ ਮੁਖੀ ਦੀ ਗੱਲ ਹੁੰਦੀ ਹੈ ਵੀ ਉਹ ਆਪਦੇ ਜਿਹੜਾ ਪਰਿਵਾਰ ਦੇ ਮੈਂਬਰਾਂ ਨੂੰ ਪਿਆਰ ਨਾ ਰੱਖੇ, ਉਹ ਪੰਜਾਬੀਆਂ ਨੂੰ ਸਾਡਾ ਦੇਸ਼ ਪਿਆਰ ਕਰੇ, ਸਾਡਾ ਸੈਂਟਰ ਪਿਆਰ ਕਰੇ, ਸਾਡੀਆਂ ਜਿਹੜੀ ਮੰਗਾਂ ਸਾਨੂੰ ਦੇਵੇ, ਅਤੇ ਅਸੀਂ ਕੀ ਲੈਣਾ ਕਿਸੇ ਕੋਲ ਜਾ ਕੇ? ਲੱਖ ਵਿਰੋਧੀ ਸ਼ਰੀਕ ਕਰਦੇ ਹੁੰਦੇ, ਕਰਨ ਦਿਓ ਉਹਨਾਂ ਨੂੰ, ਇਹਦੇ ਸਾਡਾ ਕੀ ਪ੍ਰੋਬਲਮ ਹੈ? ਤੁਸੀਂ ਪਿਆਰ ਨਾਲ ਰੱਖੋ, ਸਾਨੂੰ ਮਾਣ ਸਤਿਕਾਰ ਦਿਓ, ਸਾਡੀਆਂ ਜਿਹੜੀ ਮੰਗਾਂ ਹੱਕੀ ਪੰਜਾਬ ਦੀਆਂ ਦਿਓ, ਤਾਂ ਕੋਈ ਗੱਲ ਹੀ ਨਹੀਂ ਹੈ, ਕੋਈ ਲੋੜ ਨਹੀਂ ਹੈ ਸਾਨੂੰ। ਦੇਖੋ ਜੀ, ਇੱਕ ਜਿਹੜੀ ਸੂਬੇ ਦੀ ਸਰਕਾਰ ਹੁੰਦੀ ਹੈ, ਉਹਦਾ ਫਰਜ਼ ਬਣਦਾ ਹੁੰਦਾ ਵੀ ਉਹ ਸੂਬਾ, ਸੂਬਾ ਕੋਈ ਨਕਸ਼ਾ ਨਹੀਂ ਹੈ, ਇੱਕ ਨਕਸ਼ੇ ਦੇ ਵਾਲੀ ਲਕੀਰ ਨਹੀਂ ਹੁੰਦੀ। ਸੂਬੇ ਦੇ ਜਿਹੜੇ ਲੋਕ ਹੈ ਉਹ ਸੂਬਾ ਹੁੰਦੇ ਨੇ, ਉਹਨਾਂ ਨੂੰ ਰੁਜ਼ਗਾਰ ਦੇਣਾ, ਉਹਨਾਂ ਨੂੰ ਨਿਆਂ ਦੇਣਾ, ਉਹਨਾਂ ਨੂੰ ਸਿਹਤ ਸਹੂਲਤਾਂ ਦੇਣੀਆਂ, ਉਹਨਾਂ ਨੂੰ ਰੋਟੀ ਕੱਪੜਾ ਮਕਾਨ ਇਹ ਸਾਰਾ ਕੁਝ ਦੇ ਲੈ ਪ੍ਰਬੰਧ ਕਰਾਉਣਾ। ਇਹਦੇ ਵਿੱਚ ਜੇ ਸੈਂਟਰ ਅੜਿੱਕਾ ਪਾਉਂਦਾ ਤਾਂ ਫਿਰ ਉਹਨਾਂ ਟਕਰਾਅ ਵੀ ਹੁੰਦਾ। ਸਿੱਖ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੋਣ ਕਰਕੇ ਸਿੱਖ ਸੰਗਠਨਾਂ ਅਤੇ ਸਿੱਖ ਮਾਹਿਰਾਂ ਦੇ ਮਤ ਵੀ ਆਪੋ ਆਪਣੇ ਨੇ। ਜਿੱਥੇ ਇਸ ਮੁਹਿੰਮ ਦਾ ਸਮਰਥਨ ਕੀਤਾ ਜਾਂਦਾ ਹੈ, ਉੱਥੇ ਹੀ ਇਸ ਮੁਹਿੰਮ ਨੂੰ ਦੇਸ਼ ਖਿਲਾਫ਼ ਸਾਜ਼ਿਸ਼ ਵੀ ਕਿਹਾ ਜਾਂਦਾ ਹੈ। ਦੇਖੋ, ਉਹ ਤਾਂ ਵਿਦੇਸ਼ 'ਚ ਬੈਠੇ ਹੋਏ ਬੰਦਿਆਂ ਦੀ ਕੁਛ ਆਪਣੇ ਤੌਰ 'ਤੇ ਕਾਰਗੁਜ਼ਾਰੀ ਹੈਗੀ ਹੈ ਕਿ ਸਿੱਖਾਂ ਨਾਲ ਧੱਕਾ, ਉਹਦੇ ਵਿੱਚ ਕਈ ਕੁਛ ਰਲਿਆ ਮਿਲਿਆ ਹੈਗਾ। ਫਾਰ ਇੰਸਟੈਂਸ ਕਿ ਕੋਈ ਕਹਿੰਦੇ ਆ ਜੀ ਉਹ ਪਾਕਿਸਤਾਨੀ ਫੰਡਡ ਆ, ਕੋਈ ਕਹਿੰਦੇ ਆ ਜੀ ਬਾਹਰਲੀਆਂ ਹੋਰ ਏਜੰਸੀਆਂ ਦੇ ਫੰਡਡ ਆ, ਕੋਈ ਕਹਿੰਦੇ ਆ ਜੀ ਉਹ ਦੇਸ਼ ਭਗਤ ਆ ਅਤੇ ਸਿੱਖਾਂ ਦੇ ਅਸਲੀ ਪੈਰੋਕਾਰ ਆ। ਆਪਾਂ ਉਸ ਗੱਲ 'ਚ ਜਾਣ ਦੀ ਲੋੜ ਨਹੀਂ। ਇੱਕ ਗੱਲ ਬੜੀ ਸਾਫ਼ ਹੈ, ਸਿੱਖਸ ਫਾਰ ਜਸਟਿਸ ਦੀ ਕੋਈ ਉੱਥੇ ਬਹੁਤ ਜ਼ਿਆਦਾ ਫੋਲੋਇੰਗ ਨਾ ਇੰਗਲੈਂਡ, ਨਾ ਕੈਨੇਡਾ, ਨਾ ਅਮਰੀਕਾ, ਕੋਈ ਬਹੁਤੀ ਫੋਲੋਇੰਗ ਹੈ ਨਹੀਂ। ਇਸ ਕਰਕੇ ਉਸ ਗੱਲ ਦੀ ਘਬਰਾਹਟ ਵਿੱਚ ਨਹੀਂ ਆਉਣਾ ਚਾਹੀਦਾ। ਨਾਲੇ ਉਹਨਾਂ ਨੇ ਬਾਹਰ ਬੈਠਿਆਂ ਨੇ ਇੱਥੇ ਆ ਕੇ 220 ਮਾਇਸ਼ ਰਾਏਸ਼ੁਮਾਰੀ ਕਿਵੇਂ ਕਰਾ ਦੇਣਗੇ? ਇਸ ਕਰਕੇ ਉਹ ਗੱਲਾਂ ਤਾਂ ਹੈਗੀਆਂ ਹਵਾਈ, ਪਰ ਜਿਹੜੀਆਂ ਗੱਲਾਂ ਹੋਰ ਚੱਲ ਰਹੀਆਂ ਆ ਮੀਡੀਆ ਦੇ ਵਿੱਚ ਕਿ ਸਾਨੂੰ ਪੁਰਾਣਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ, ਤੁਹਾਨੂੰ ਪਤਾ ਕਿ ਜਦੋਂ ਖਾੜਕੂਵਾਦ ਦਾ ਦੌਰ ਸੀ ਸਿੱਖ ਖਾੜਕੂਵਾਦ ਦਾ, ਉਹਦੇ ਵਿੱਚ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵਾਲਾ ਇੱਕ ਡਾਲਰ ਵੀ ਕੱਢ ਦਿੱਤਾ ਸੀਗਾ। ਫਿਰ ਉਹ ਸਾਰਾ ਨਕਸ਼ਾ ਉਦੋਂ ਵੀ ਇਹੋ ਹੀ ਘੁੰਮਦਾ ਸੀ। ਅਤੇ ਇਹੋ ਜਿਹੀਆਂ ਗੱਲਾਂ ਕਾਫੀ ਹੀ ਹੈਗੀਆਂ। ਅਤੇ ਉਹਨਾਂ ਦਾ ਆਰਗੂਮੈਂਟ ਇਹ ਹੈਗਾ ਕਿ ਜੇ ਹਿੰਦੂ ਰਾਸ਼ਟਰਵਾਦੀ RSS ਮੁਗਲਾਂ ਦੇ ਰਾਜ ਬਾਅਦ ਆਪਣੀ RSS ਅਜੇ ਤੱਕ ਹਿੰਦੂ ਰਾਸ਼ਟਰਤਾ ਨੂੰ ਨਹੀਂ ਭੁੱਲੀ, ਅਤੇ ਸਿੱਖਾਂ ਦਾ ਜਿਹੜਾ ਰਾਜ ਰਿਹਾ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਉਹ ਸਮਝਦੇ ਆ, ਉਦੋਂ ਪਹਿਲਾਂ ਬੰਦਾ ਬਹਾਦਰ ਦਾ ਸਮਝਦੇ ਹੈਗੇ, ਅਤੇ ਉਹ ਕਿਵੇਂ ਭੁੱਲ ਸਕਦੇ ਆ 150-200-300 ਸਾਲ ਦੇ ਅੰਦਰ ਅੰਦਰ? ਇਸ ਕਰਕੇ ਉਹਨਾਂ ਦੀ ਜਿਹੜੀ ਡੀਮਾਰਕੇਸ਼ਨ ਹੈ, ਜਿਹੜਾ ਇਸ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅਟਕ ਤੋਂ ਲੈ ਕੇ ਉਹ ਘੱਟੋ ਘੱਟ ਸਤਲੁਜ ਤੱਕ ਤਾਂ ਹੈ, ਪਰ ਇਹਨਾਂ ਦੇ ਨਕਸ਼ਿਆਂ ਤੱਕ ਤਾਂ ਦਿੱਲੀ ਅਤੇ ਉਹ ਜੰਮੂ ਕਸ਼ਮੀਰ ਅਤੇ ਹੋਰ ਪੁਰਾਣਾ ਇਹ ਸਾਰਾ ਉਸ ਕਿਸਮ ਦਾ ਰਲਾ ਕੇ ਪੰਜਾਬ, ਵੱਡਾ ਪੰਜਾਬ, ਮਹਾਂ ਪੰਜਾਬ ਰਣਜੀਤ ਸਿੰਘ ਵਾਲਾ, ਅਤੇ ਉਦੋਂ ਵੀ ਅਡੀਸ਼ਨਲ ਜਿਹੜਾ ਹੋਰ ਪੰਜਾਬ ਸੀ ਪੈਪਸੂ ਵਾਲਾ, ਉਹ ਸਾਰਾ ਵਿੱਚ ਪਾ ਕੇ ਇੱਕ ਨਕਸ਼ਾ ਗਾਹੇ ਬਗਾਹੇ ਛੱਡਦੇ ਰਹਿੰਦੇ ਹੈਗੇ। ਸਵਾਲ ਇਹ ਹੈ ਕਿ ਇਹਨਾਂ ਦੀਆਂ ਪੋਸੀਬਿਲਟੀਜ਼ ਕੀ ਹੈਗੀਆਂ? ਇਹ ਗੱਲਾਂ ਕਈ ਵਾਰੀ ਏਜੰਸੀਆਂ ਵੱਲੋਂ ਵੀ ਹੋ ਸਕਦੀਆਂ, ਕਿਸੇ ਰਾਜਨੀਤਿਕ ਸ਼ਰਾਰਤੀ ਅੰਸਰਾਂ ਵੱਲੋਂ ਵੀ ਹੋ ਸਕਦੀਆਂ, ਅਤੇ ਕੁਛ ਕੁ ਕਿਸੇ ਵੱਲੋਂ ਵੀ ਹੋ ਸਕਦੀਆਂ, ਜਦ ਤੱਕ ਉਹਦੀ ਕੋਈ ਤਹਿਕੀਕਾਤ 'ਚ ਤਹਿ ਤੱਕ ਪਹੁੰਚ ਕੇ ਕੋਈ ਸਾਡੇ ਸਾਹਮਣੇ ਸਬੂਤ ਨਹੀਂ ਆ ਜਾਂਦਾ ਕਿ ਇਹ ਕੌਣ ਲੋਕ ਹੈਗੇ ਆ ਇਸ ਕਿਸਮ ਦਾ। ਪਰ ਰਿਹਾ ਸਵਾਲ ਕਿ ਕੀ ਇਹ ਮਸਲਾ ਹੈ ਜਾਂ ਨਹੀਂ ਹੈ, ਕੀ ਇੱਥੇ ਪੰਜਾਬੀਅਤ ਦਾ ਮਸਲਾ, ਸਿੱਖੀ ਦਾ ਮਸਲਾ, ਜਾਂ ਕੋਈ ਸੂਬਿਆਂ ਦੇ ਹੱਕ ਹਕੂਕਾਂ ਦਾ, ਜਾਂ ਪੰਜਾਬੀ ਭਾਸ਼ਾ ਦਾ ਮਸਲਾ ਇੱਥੇ ਹੈ ਕਿ ਨਹੀਂ ਹੈ? ਇਹ ਬਹੁਤ ਵੱਡਾ ਮਸਲਾ ਆ, ਔਰ ਇਹ ਹੁਣ ਅੱਗੇ ਨਾਲੋਂ ਜ਼ਿਆਦਾ ਇੰਪੋਰਟੈਂਟ ਹੋ ਗਿਆ, ਕਿਉਂਕਿ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਜਦੋਂ ਦੀ NDA ਸਰਕਾਰ ਆਈ ਹੈ, ਅਤੇ BJP ਨੇ ਲਗਾਤਾਰ ਹਰ ਕਿਸਮ ਦੀ ਸੱਤਾ ਨੂੰ ਕੇਂਦਰੀਕਰਨ, ਔਰ ਕੇਂਦਰੀਕਰਨ ਪਾਰਟੀ ਤੱਕ ਨਹੀਂ ਸੀਮਤ, ਕੁਛ ਕੁ ਲੋਕਾਂ ਦੇ ਹੱਥ ਸਾਰੀ ਸੱਤਾ ਕੇਂਦਰੀਕਰਨ, ਜਿਹਦੇ ਵਿੱਚ ਜਿਹੜਾ ਸਾਡਾ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਖਾਸ ਦੋਵੇਂ ਉਸ ਸੱਤਾ
ਦੇ ਕੇਂਦਰ ਬਿੰਦੂ ਹੈਗੇ ਆ ਜੋ ਮਹਾਰਾਸ਼ਟਰ 'ਚ ਹੋਇਆ ਜੋ ਵੈਸਟ ਬੰਗਾਲ ਦੇ 'ਚ ਲਗਾਤਾਰ ਮਮਤਾ ਬੈਨਰਜੀ ਚੁਣੌਤੀਆਂ ਦੇ ਰਹੀ ਹੈ ਸਾਡੇ ਦੇ ਇੱਥੇ ਅਕਾਲੀ ਦਲ ਬੋਲਦਾ ਹੀ ਨਹੀਂ ਜਿਹੜੀ ਸਾਡੀ ਰੀਜਨਲ ਐਸਪੀਰੇਸ਼ਨ ਵਾਲੀ ਪਾਰਟੀ ਸੀਗੀ ਜੋ ਪੰਜਾਬ ਦੇ ਨਾਲ ਧੱਕਾ ਸੈਂਟਰ ਵੱਲੋਂ ਇਹ ਲਗਾਤਾਰ ਖੁਦ ਹੀ ਕਹਿੰਦੇ ਹੁੰਦੇ ਸੀ ਸੰਨ 1973 ਵਾਲਾ ਆਨੰਦਪੁਰ ਸਾਹਿਬ ਰੈਜੋਲਿਊਸ਼ਨ ਕਿਹਨੇ ਪਾਇਆ ਹਰਦੀਪ ਜੀ ਇਹਨਾਂ ਨੇ ਇਹਨਾਂ ਦੇ ਦਸਖਤ ਆ ਨਾ ਸਾਰੇ ਅਤੇ ਪੰਜਾਬੀ ਦੇ ਅਤੇ ਪੰਜਾਬੀਅਤ ਦੇ ਪੰਜਾਬ ਸੂਬੇ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਰਾਜਨੀਤਿਕ ਸੱਭਿਆਚਾਰਕ ਹੱਕ ਹਕੂਕ ਜਿਹੜੇ ਜਿਨ੍ਹਾਂ ਤੋਂ ਉਹਨਾਂ ਨੂੰ ਵਿਰਵੇ ਕੀਤਾ ਜਾ ਰਿਹਾ ਜੇ ਇੱਥੇ ਦੇ ਲੋਕ ਅਤੇ ਜਾਂ ਇੱਥੇ ਦੀਆਂ ਜਿਹੜੇ ਸਾਡੇ ਧਿਰ ਹੈਗੇ ਆ ਰਾਜਨੀਤਿਕ ਧਿਰ ਹੈਗੇ ਆ ਇਸ ਗੱਲ ਦੇ ਉਹ ਉੱਠ ਕੇ ਇਸ ਗੱਲ ਨੂੰ ਨਹੀਂ ਬਚਾਉਣਗੇ ਤਾਂ ਪੰਜਾਬ ਦੇ ਅੰਦਰ ਇੱਕ ਜਿਹੜੀ ਲਗਾਤਾਰ ਸਿਮਰਿੰਗ ਡਿਸਕੰਟੈਂਟ ਕਹਿੰਦੇ ਆ ਕਿ ਥੱਲੇ ਥੱਲੇ ਫੁਰ ਫੁਰ ਕਰਦੀ ਕਿ ਲੋਕਾਂ ਦੇ ਵਿੱਚ ਇੱਕ ਇਹ ਅਹਿਸਾਸ ਹੈਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਉਹ ਕਿਸੇ ਵੇਲੇ ਵੀ ਵੱਡੀ ਰਾਜਨੀਤਿਕ ਟਰਨ ਲੈ ਸਕਦੀ ਆ ਔਰ ਖਾਸ ਕਰ ਇਹ ਕਿ ਸਾਡਾ ਹੱਕ ਨਹੀਂ ਹੈਗਾ ਕਿ ਜਿਹੜਾ ਲਹਿੰਦਾ ਪੰਜਾਬ ਆ ਅਤੇ ਚੜ੍ਹਦਾ ਪੰਜਾਬ ਹੈਗਾ ਉਹਦੀ ਬਹੁਤ ਨੇੜਤਾ ਹੋਣੀ ਚਾਹੀਦੀ ਆ ਸਾਡੀ ਸਾਨੂੰ ਜ਼ਬਰਦਸਤੀ ਕਿਸੇ ਨਾ ਕਿਸੇ ਇਤਿਹਾਸਕ ਕਿਸੇ ਕਾਰਨਾਂ ਕਰਕੇ ਅਲੱਗ ਕਰ ਦਿੱਤਾ ਜੇ ਬਰਲਿਨ ਵਾਲ ਟੁੱਟ ਸਕਦੀ ਹੈ ਜੇ ਨੌਰਥ ਵੀਤਨਾਮ ਅਤੇ ਸਾਊਥ ਵੀਤਨਾਮ ਦੇ ਜਿਹੜੀਆਂ ਇੱਕ ਦੇਸ਼ ਹੋ ਸਕਦਾ ਅਤੇ ਜੇ ਈਸਟ ਜਰਮਨ ਵੈਸਟ ਜਰਮਨ ਇੱਕ ਹੋ ਸਕਦਾ ਜੇ ਕੋਰੀਆ ਨੌਰਥ ਕੋਰੀਆ ਅਤੇ ਸਾਊਥ ਕੋਰੀਆ ਇੱਕ ਦੂਜੇ ਦੇ ਨੇੜੇ ਆ ਸਕਦੇ ਆ ਤਾਂ ਸਾਨੂੰ ਇੱਥੇ ਕੀ ਦਿੱਕਤ ਹੈਗੀ ਹੈ ਸਾਨੂੰ ਕਿਉਂ ਜਿਹੜਾ ਸੈਂਟਰ ਆ ਬਿਲਕੁਲ ਇੱਕ ਪਾਕ ਸਾਡਾ ਦੁਸ਼ਮਣ ਪਾਕਿਸਤਾਨ ਪਾਕਿਸਤਾਨੀ ਲੋਕ ਤਾਂ ਦੁਸ਼ਮਣ ਨਹੀਂ ਆ ਤੁਹਾਡੀ ਜੇ ਆਰਮੀ ਦੇ ਨਾਲ ਕੋਈ ਹੈਗਾ ਤਾਂ ਤੁਸੀਂ ਉਹਦੀ ਬੈਠ ਕੇ ਫੈਸਲਾ ਕਰੋ ਜੇ ਗੌਰਮੈਂਟ ਨਾਲ ਕੋਈ ਹੈਗਾ ਤਾਂ ਗੌਰਮੈਂਟ ਗੌਰਮੈਂਟ ਦੇ ਨਾਲ ਫੈਸਲਾ ਕਰੇ ਪਰ ਤੁਸੀਂ ਲੋਕਾਂ ਨੂੰ ਕਿਉਂ ਨਹੀਂ ਮਿਲਣ ਦਿੰਦੇ ਲੋਕਾਂ ਨੂੰ ਕਿਉਂ ਨਹੀਂ ਵੀਜ਼ਾ ਦਿੰਦੇ ਆ ਕਰਤਾਰਪੁਰ ਜਾਣ ਦਾ ਇੰਨਾ ਕੁਛ ਹੋਇਆ ਉਹਦੇ ਵਿੱਚ ਝਿੜਕੇ ਪਾਈ ਜਾਂਦੇ ਆ ਇਹ ਨਾਂ ਦੇ ਵਿੱਚ ਬਿੰਦੀ ਨਹੀਂ ਜੀ ਹੈਗੀ ਇਹ ਨਾਂ ਦਾ ਤੁਸੀਂ ਇੱਥੇ ਗਲਤ ਆਉ ਅਤੇ ਟੈਕਨੀਕਲ ਜਾਣੀ ਉਹਦੇ 'ਤੇ ਕਿੰਤੂ ਪਰੰਤੂ ਲਾ ਕੇ ਪਾਕਿਸਤਾਨ ਦੇ ਗਲੇ ਲਾ ਰਿਹਾ ਸਾਡੀ ਸਰਕਾਰ ਦੇ ਜਿਹੜੇ ਜਿੱਥੇ ਉਹ ਬੰਦੇ ਬਿਠਾਏ ਹੋਏ ਕਰਤਾਰਪੁਰ ਨਹੀਂ ਅੰਦਰ ਜਾਣ ਦਿੰਦੇ ਇਹ ਗੱਲਾਂ ਸਾਰੀਆਂ ਗੁੱਬ ਗਵਾਰ ਅੰਦਰ ਅੰਦਰ ਜਮ੍ਹਾਂ ਹੁੰਦਾ ਰਹਿੰਦਾ ਇਸ ਕਰਕੇ ਬੇਨਤੀ ਇਹ ਹੈਗੀ ਹੈ ਕਿ ਇੱਕ ਤਾਂ ਸੈਂਟਰ ਖੁਦ ਸਮਝੇ ਕਿ ਜਿਨ੍ਹਾਂ ਲੋਕਾਂ ਨੇ ਰਾਜ ਮਾਣਿਆ ਹੋਵੇ ਜਾਂ ਜਿਨ੍ਹਾਂ ਲੋਕਾਂ ਨੇ ਉਹ ਰੁਤਬੇ ਜੋ ਉਹਨਾਂ ਨੂੰ ਧਰਮ ਵਿੱਚੋਂ ਵੀ ਆਪਣੀ ਖੁਦ ਦੀ ਕਾਰਜਕਾਰੀ ਸ਼ਾਲਤਾ ਵਿੱਚੋਂ ਵੀ ਕਰਮ ਆ ਉਹਨਾਂ ਦੇ ਵਿੱਚੋਂ ਵੀ ਔਰ ਹੋਰ ਜਿਹੜਾ ਉਹਨਾਂ ਦਾ ਸਾਰਾ ਇੱਥੋਂ ਦਾ ਧਰਤੀ ਹੈਗੀ ਆ ਪੰਜ ਦਰਿਆਵਾਂ ਦੀ ਉਹਨਾਂ ਦੇ ਵਿੱਚੋਂ ਵੀ ਇਹ ਜਿਹੜਾ ਕੁੱਲ ਉਹਨਾਂ ਨੇ ਇਹੋ ਜਿਹੇ ਆਨੰਦ ਅਤੇ ਆਟੋਨਮੀ ਅਤੇ ਇਸ ਕਿਸਮ ਦੀਆਂ ਆਜ਼ਾਦੀਆਂ ਮਾਣੀਆਂ ਹੋਣ ਜੇ ਉਹਨਾਂ ਲੋਕਾਂ ਦੇ ਨਾਲ ਕਿਸੇ ਕਿਸਮ ਦਾ ਧੱਕਾ ਹੁੰਦਾ ਤਾਂ ਹਰਦੀਪ ਜੀ ਕੁਦਰਤੀ ਹੈ ਉਹਨਾਂ ਦਾ ਗੁੱਸਾ ਵੀ ਉਨਾ ਜ਼ਿਆਦਾ ਹੁੰਦਾ ਇਸ ਕਰਕੇ ਇਹ ਸਾਡੀਆਂ ਜਿਹੜੀ ਸੈਂਟਰ ਦੀ ਸਰਕਾਰ ਆ ਉਹਨਾਂ ਨੂੰ ਬਿਲਕੁਲ ਇਸ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਹੋ ਜਿਹੀ ਕੋਈ ਦੁਬਾਰਾ ਵੱਡਾ ਚਾਂਸ ਲੋਕਾਂ ਨੂੰ ਨਾ ਮਿਲੇ ਕਿ ਉਹ ਖੁਦ ਫਿਰ ਜ਼ਿਆਦਾ ਉੱਠ ਕੇ ਸਾਹਮਣੇ ਆਉਣ ਇਹ ਜਿਹੜਾ ਨਾ ਹਟਾਉਣਾ ਜਾਂ ਇਹਦਾ ਕਰਨਾ ਇਹਦੇ ਨਾਲ ਮੈਨੂੰ ਲੱਗਦਾ ਇੱਕ ਸੈਂਟਰ ਦਾ ਆਪਣਾ ਹੀ ਅੰਦਰਲਾ ਡਰ ਮਾਰ ਰਿਹਾ ਇਹਨਾਂ ਨੂੰ ਲੋਕਾਂ 'ਤੇ ਪੰਜਾਬ ਦੇ ਲੋਕਾਂ 'ਤੇ ਭਰੋਸਾ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਦੋਂ ਪਹਿਲਾਂ ਖਾੜਕੂਵਾਦ ਇੱਥੋਂ ਖਤਮ ਹੋਇਆ ਤਾਂ KPS ਗਿੱਲ ਦੇ ਖਤਮ ਕਰਤਾ ਸੀਗਾ ਉਹ ਲੋਕਾਂ ਵੱਲੋਂ ਹੀ ਇਹੋ ਜਿਹੇ ਹਾਲਾਤ ਬਣ ਗਏ ਸੀ ਕਿ ਲੋਕਾਂ ਨੂੰ ਉਹ ਪੂਰਾ ਨਹੀਂ ਸੀ ਭੁੱਗ ਰਿਹਾ ਉਹਨਾਂ ਨੇ ਕਿਹਾ ਕਿ ਨਹੀਂ ਬਸ ਹੁਣ ਅਸੀਂ ਨਹੀਂ ਚਾਹੁੰਦੇ ਹੁਣ ਵੀ ਜੇ ਹੋਊਗਾ ਹੁਣ ਇਹ ਜੇ ਇਸ ਤਰ੍ਹਾਂ ਦਾ ਕਦੀ ਸਾਈਟ ਬੰਦ ਕਰਦੇ ਆ ਕਦੀ ਕੁਛ ਕਰਦੇ ਆ ਜਾਂ ਗੂਗਲ ਤੋਂ ਹਟਾਉਂਦੇ ਆ ਉਹਦੇ ਨਾਲ ਲੋਕਾਂ ਦੇ ਦਿਲਾਂ 'ਚੋਂ ਕਿਵੇਂ ਲੋਕਾਂ ਦੇ ਮਨਾਂ 'ਚੋਂ ਕਿਵੇਂ ਹਟਾਉਣਗੇ ਲੋਕਾਂ ਦਾ ਭਰੋਸਾ ਕਿਵੇਂ ਜਿੱਤਣਗੇ ਲੋਕ ਜਿਹੜੀ ਰਾਜਨੀਤਿਕ ਜਮਾਤ ਆ ਉਹਨਾਂ ਨੂੰ ਸੁਹਿਰਦ ਹੋਣ ਦੀ ਲੋੜ ਆ ਲੋਕਾਂ ਦੇ ਜਿਹੜੇ ਹੱਕ ਹਕੂਕ ਆ ਉਹਨਾਂ ਪ੍ਰਤੀ ਜ਼ਿਆਦਾ ਇੱਕ ਸੈਂਸਿਟਿਵਿਟੀ ਦਿਖਾਲਣ ਦੀ ਲੋੜ ਆ ਉਹ ਸਾਨੂੰ ਨਹੀਂ ਨਜ਼ਰ ਆ ਰਹੀ ਕਾਰਨ ਸਾਡੇ ਆਪਣੇ ਘਰੇਲੂ ਹੋਣਗੇ ਨਾ ਕਿ ਉਹ ਸਾਈਟਾਂ ਹਟਾਉਣ ਦੇ ਨਾਲ ਜਾਂ ਕੋਈ ਕਿਸੇ ਨੂੰ ਬਲੌਕ ਕਰਨ ਦੇ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਰੋਕ ਸਕਦੇ ਦੇਖੋ ਜਿੱਥੇ ਤੱਕ ਦਾ ਸਿਧਾਂਤਿਕ ਗੱਲ ਹੈਗੀ ਆ 2020 ਦੀ ਇਹ ਦੁਨੀਆ ਭਰ ਦੇ ਵਿੱਚ ਮੰਨੀ ਸੱਚਾਈ ਹੈ ਅਤੇ ਇੰਡੀਆ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਇਹ ਮੰਨਿਆ ਆ ਵਿਸ਼ਵ ਪੱਧਰ 'ਤੇ ਕਿ ਲੋਕਾਂ ਦੀ ਰਾਏ ਸ਼ੁਮਾਰੀ ਲੋਕਾਂ ਦੀ ਰਾਏ ਜਿਹੜੀ ਲੈਣੀ ਹੈ ਕੋਈ ਗੁਨਾਹ ਨਹੀਂ ਹੈਗਾ ਅਤੇ ਭਾਰਤ ਸਰਕਾਰ ਦੇ ਜਿੰਨੇ ਵੀ ਇੱਥੇ ਅਦਾਰੇ ਹੈ ਜਿੰਨੀਆਂ ਏਜੰਸੀਆਂ ਆ ਉਹ ਸਾਰੀਆਂ ਇਹ ਕਹਿ ਰਹੀਆਂ ਕਿ ਜਿਹੜੇ ਇਹ ਵੱਖਵਾਦੀ ਹੈ ਇੱਥੇ ਜਾਂ ਜਿਹੜੇ ਅਲੱਗ ਹੋਣਾ ਚਾਹੁੰਦੇ ਆ ਉਹਨਾਂ ਦੀ ਗਿਣਤੀ ਇਹ ਮੁੱਠੀ ਭਰ ਹੈ ਅਤੇ ਇੱਥੇ ਰਹਿੰਦੇ ਲੋਕਾਂ ਨੂੰ ਐਵੇਂ ਵੀ ਲੱਗਦਾ ਵੀ ਹੈ ਬਹੁਤੇ ਲੋਕ ਇਸ ਹੱਕ ਵਿੱਚ ਹੈ ਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ
ज़्यादा गिनती नहीं हैगी सिखा दे बहुते हिस्सा नहीं वड्डा अलग देश की मंग करता तो फिर एडे बड़े खतरे की कोई लोड़ नहीं। मैं लगता कि हवा पेश किया जा रहा मीडिया वालों सरकार वालों इनू वार वार प्रचार के 2020 कल थोड़े दिन पहला अमरिंदर सिंह का भी बयान इतने आते है और होर एजेंसियां भी ये गल चक रही तो लेकिन जेड़ा जमीन तो एड्डी वड्डी गल नहीं हैगी जमीन तो कोई ना काम दिस रहा इस तरह का क्योंकि जेडे लोग खालिस्तान वास्ते काम कर रहे हैं वो भी एक किस्म का एक अपने जड़ी है ना वो जड़ी बहुत हेठले पद्धर से काम हो रहा है उन्होंने वालों भी कोई सिर के यतन नहीं किए जा रहे वो भी सिर्फ मीडिया के सुर्खियां बटोर लिए काम कर रहे उन्होंने बच्चे भी कोई बहुता सिर के यतन नज़र नहीं आते सिर नज़र नहीं आते इस वास्ते सो ये सिर्फ जिहड़ियां धिर खालिस्तान की गल भी कर दी वो भी एक साधन मुहैया करा रही स्टेट नू कि वो साढ़े नौजवानों ते होर जिहड़ा तसद्द जुल्म ढा सकन क्योंकि जदों किसी व्यक्ति ते किसी वर्ग के उत्ते खालिस्तान की वो मोहर ला देंदे आ खालिस्तान का एक ठप्पा ला देंदे आ उद्दू बाद उन्होंने थोड़ा सौखा हो जाता है उत्ते तसद्द करना जुडिशरी का मीडिए का सारे का रवैया उन्होंने प्रति एक खास किस्म की धारणा लै लैंदा आ। सो हाँ बाहर दे विच बाहर सिचुएशन डैशबोरा तो सिचुएशन वक्री है उन्होंने देशों के जड़िया लोकतंत्र ती लोकतंत्र संस्थावान ने वो तकड़िया ने उन्होंने जान है उत्थे हरेक नू अपने विचार प्रगट करन दी खुल है तो जैसे कर रही ने तो उत्थे दे लोकां लोग होर तरह सोचते हैं तो हिंदुस्तान के खास करके जिहड़े पंजाब रहिंदे लोग है उन्होंने सिचुएशन होर किस्म दियां ने इत्थे होर तरह मतलब सोचा जा रहा। सो मैनू लगता कि ये उड़ी वड्डी गल नहीं जिड़ी पंजाब बना के एजेंसियों वालों ज मीडिया वालों प्रचारी जा रही है वो 2020 का जे कोई कितने कोई सज्जन यतन कर भी रहे हैं तो वह कोई पंजाब की शांति तो अमन के बहुत वड्डा खतरा कुछ किस्म का पैदा नहीं होने वाला। हाँ हरेक रहे अपने विचारधारा के नाल बंदू लाभबंद कर अगर उन्होंने कोई लगता वो रह बना चाहते उन्होंने अधिकार है कानून तो अगर उन्होंने कोई भी साढ़े कॉन्स्टिट्यूशन की भावना अनुसार बड़े डिसीजन हाईकोर्ट तो आ चुके हैं पहला कि इस तरह के अधिकार वखरा देश मंगना कोई कानूनी जुर्म नहीं है। हाँ वो वास्ते लोगों कोई अमन कानून के वास्ते सिचुएशन पैदा करना ज बहरले देशों तो लैनी हैगी कोई किसी फौजी मदद लैनी ज इस तरह की फिर बगावत करनी वो कोई हो सकता लेकिन पीसफुल तरीके इतने सिमरजीत सिंह मान भी कर रहा होर भी बहुत सारे लोग जोड़े आ वो वक्रे देश की गल कर रहे खालिस्तान की गल कर रहे तो मैं लगता कोई पंजाब कोई अमन गुमान ये कोई खतरा पैंता किसी ये जी जे वेखो उन्होंने इंजन इंजन बनाए है सर्च इंजन उन्होंने जो डाटा सर्च करता है वो टैक्निकली जो कुछ इन्होंने फीड किया जो अवेलेबल हैगा उन्हें दिखाना आ खालसा राज हिस्टरी के जिते रहा आ वो हिस्टरी चो वो जर किताब बुक्स चो जो कुछ दिता वो तो चक लिंदा तो उन्हें मैं लगता किसी की कोई वड्डी साजिश है जो कोई इस तरह की गल हैगी है तो ना ही ये फर्क पैन लगा है क्योंकि एक पास अं कह रहे हैं कि पाकिस्तान साढ़े देश की शरारत कर रहा है तो अपना देश क्यों मतलब एडा वड्डा रिस्क लेगा पंजाब जिहड़ा इस टाइम पाकिस्तान की सब तो सरमौर एक सूबा हैगा एक सत्ता वाला सूबा आ तो लाहौर एडा इंपोर्टेंट जगह हैगी है तो नहीं चाहेगा कि वह पाकिस्तान तो चल अलग हो जाए वो उन्होंने भी इस तरह आ सिर्फ ये जिस तरह के यतन भावें अमरिंदर सिंह कर रहे हैं ज होर कर रहे हैं सिर्फ मीडिया के अपने खास लोड़ां हितों की पूर्ति वास्ते कर रहे हैं यदा कोई मतलब ये कोई संबंध नहीं है जो भी कुछ वो बोल रहे हैं कि बंदी पाबंदी लवा दो हटा दो ये आम लोगों कोई जेडे पंजाब अज समस्यावान ने वित्तीय संकट पंजाब आया होया पंजाब जेडे अपने सरकार चलाने फेल हो रहे हैं वो लोगों का ध्यान खिंचन वास्ते मीडिया का ध्यान खिंचन उन्होंने जेन्यून जवाब है नहीं गए उन्होंने ध्यान खिंचन लिए बाहर ले जाते हैं और 2020 का हुआ खड़ा करते हैं वो इस टाइम अमरिंदर सिंह दसना चाहते हैं कि मैं हिंदुओं का रखवाला जे पंजाब के हिंदू मैनू वोटा पाएंगे मेरे नाल जुड़नगे तो मैं देखो ये जिहड़ा आ उन्होंने बचा सकता जो कुछ इंदिरा गांधी करनी चाहती थी जो बेअंत सिंह करना चाहता थी वास्ते अज जिहड़ा उस राह पंजाब का मुख्यमंत्री अमरिंदर सिंह चले हुए आ तो जिहड़ा आ बहुत खतरनाक रुझान है
ਵਰਤਾਰਾ ਫਨੋਮਨਾ ਇਹ ਤੇ ਨਹੀਂ ਚੱਲਣਾ। ਇਹ ਜਿਹੜਾ ਪਹਿਲਾਂ ਵੀ ਪੰਜਾਬ ਨੇ ਇਹਦਾ ਬੜਾ ਦੁੱਖ ਭੋਗਿਆ ਆ। ਅਤੇ ਦੂਜੀ ਗੱਲ ਹੈ ਕਿ ਇਤਿਹਾਸ ਨੇ ਮਾਫ਼ ਨਹੀਂ ਕਰਨਾ। ਇਤਿਹਾਸ ਨੇ ਪੰਜਾਬ ਦੇ ਗਦਾਰਾਂ ਵਿੱਚ ਹੈ ਜਿਹੜੀ ਉਹ ਸੂਚੀ ਦੇ ਵਿੱਚ ਸ਼ਾਮਲ ਕਰ ਲੈਣਾ। ਇਹ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੇ ਪੰਜਾਬ ਦੇ ਹਿੱਤਾਂ ਵਾਸਤੇ ਆਪਣਾ ਇਤਿਹਾਸ 'ਚ ਨਾਂ ਲਿਖਾਉਣਾ ਜਾਂ ਬਾਬਾ ਆਲਾ ਸਿੰਘ ਵਾਂਗੂ ਦੂਜੇ ਪਾਸੇ ਲਿਖਾਉਣਾ, ਅਬਦਾਲੀ ਦੇ ਖਾਤੇ 'ਚ ਪੈਣਾ। ਇਹ ਉਹਨਾਂ 'ਤੇ ਡਿਪੈਂਡ ਕਰਦਾ ਅਤੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਆਪ ਹਿਸਟੋਰੀਅਨ ਨੇ ਕੋਈ ਇਹ ਯਤਨ ਨਾ ਕਰ। ਹਾਂ, ਉਹਨਾਂ ਦਾ ਵਿਰੋਧ ਕੋਈ ਅਰਥ ਨਹੀਂ ਰੱਖਦਾ ਜੀ ਜੇਕਰ ਉਹਨਾਂ ਦੇ ਥੱਲੇ ਲੋਕਾਂ ਨੂੰ ਆਧਾਰ ਨਾ ਮਿਲੇ। ਜਦੋਂ ਇੱਕ ਸਿੱਖ ਵਿਰੋਧੀ ਜਿਹੜਾ ਆ ਉਹ ਇੱਕ ਵਿਹਾਰ ਅਮਰਿੰਦਰ ਸਿੰਘ ਦਾ ਸਾਹਮਣੇ ਆ ਰਿਹਾ ਆ ਅਤੇ ਉੱਥੇ ਜਿੰਨੇ ਵੀ ਲੋਕ ਬੈਠੇ ਆ ਉਹਨਾਂ ਨੂੰ ਫਿਰ ਇੱਕ ਮੌਕਾ ਮਿਲਦਾ ਆ ਉਹ ਇਕੱਠੇ ਹੋਣ ਦਾ, ਅਤੇ ਇਕੱਠੇ ਹੋਣ ਦਾ ਅਮਰਿੰਦਰ ਸਿੰਘ ਮੌਕਾ ਦੇ ਰਹੇ ਨੇ। ਜਦੋਂ ਕਰਤਾਰਪੁਰ ਲਾਂਘੇ ਦੇ ਵਿਰੋਧਤਾ ਕਰਦੇ ਆ, ਨਨਕਾਣਾ ਸਾਹਿਬ ਗੁਰਦੁਆਰੇ ਬਾਰੇ ਗਲਤ ਬਿਆਨ ਦਿੰਦੇ ਆ ਜਾਂ ਹੋਰ ਸਿੱਖ ਹੈਰੀਟੇਜ ਬਾਰੇ ਗਲਤ ਬਿਆਨ ਦਿੰਦੇ ਆ, ਤਾਂ ਫਿਰ ਸਿੱਖ ਨੂੰ ਇੱਕ ਮੌਕਾ ਮਿਲਦਾ ਆ ਉਹ ਜਿਹੜੇ ਉੱਥੇ ਬਾਹਰ ਵਿਦੇਸ਼ਾਂ 'ਚ ਰਹਿੰਦੇ ਆ ਕਿ ਉਹ ਜਿਹੜਾ ਵੀ ਬੈਨਰ ਉਹਨਾਂ ਨੂੰ ਮਿਲਦਾ ਉਸ ਮੌਕੇ ਦਾ ਉਹ ਉੱਥੇ ਵਿੱਚ ਸ਼ਾਮਿਲ ਹੋ ਜਾਂਦੇ ਆ। ਸੋ ਮੇਰੇ ਖਿਆਲ ਇਹ ਲੋਕਾਂ ਦੀ ਕੋਈ ਹਮਦਰਦੀ ਨਹੀਂ ਹੈਗੀ ਉੱਥੇ ਸਿੱਖ ਫਾਰ ਜਸਟਿਸ ਨਾਲ ਜਾਂ ਇਸ ਤਰ੍ਹਾਂ ਦੀ। ਅਮਰਿੰਦਰ ਸਿੰਘ ਇੱਕ ਮਾਹੌਲ ਮੁਹੱਈਆ ਕਰਾ ਰਿਹਾ ਉਹਨਾਂ ਨੂੰ ਸਿੱਖਾਂ ਦੇ ਵਿਰੁੱਧ ਬੋਲ ਕੇ, ਸਿੱਖਾਂ ਇੰਟਰਸਟ ਦੇ ਹਿੱਤਾਂ ਦੇ ਪੰਜਾਬ ਦੇ ਹਿੱਤਾਂ ਦੇ ਖਿਲਾਫ਼ ਬੋਲ ਕੇ ਉਹਨਾਂ ਨੂੰ ਮੌਕਾ ਦਿੰਦੇ ਆ ਇਕੱਤਰ ਹੋਣ ਦਾ। ਨਹੀਂ, ਉਹਨਾਂ ਵਾਸਤੇ ਚੁਣੌਤੀ ਆ ਇਹ ਤਾਂ ਜਿਹੜਾ ਟੈਕਨੀਕਲ ਗੂਗਲ ਦੇ ਅੰਡਰ ਆਉਂਦਾ ਹੈਗਾ ਆ ਕਿ ਉਹ ਆਪਣੇ ਇੰਜਨ ਦੇ ਨੂੰ ਕਿਸ ਸੋਫਟਵੇਅਰ ਅਨੁਸਾਰ ਚਲਾ ਰਹੀ ਹੈ, ਜਿਸ ਤਰ੍ਹਾਂ ਦਾ ਉਹਨਾਂ ਨੇ ਸੋਫਟਵੇਅਰ ਬਣਾਇਆ ਹੈਗਾ ਆ ਉਸ ਮੁਤਾਬਕ ਉਹਨੇ ਰਿਸਰਚ ਕਰਕੇ ਦੇਣਾ ਆ। ਉਹ ਉੱਥੇ ਆਪਣੇ ਸੋਫਟਵੇਅਰ ਦੇ ਵਿੱਚ ਕੋਈ ਤਬਦੀਲੀਆਂ ਕਰੇ ਜੇ ਕੋਈ ਉਹਨਾਂ ਨੂੰ ਇਹਦੇ ਨਾਲ ਕਿਸੇ ਦੇਸ਼ ਨੂੰ ਕਿਸੇ ਦੇ ਸੁਰੱਖਿਆ ਨੂੰ ਜਾਂ ਪੋਲਿਸੀ ਨੂੰ ਖਤਰਾ ਆ ਤਾਂ ਉੱਥੇ ਹੋਣਾ ਚਾਹੀਦਾ। ਅਤੇ ਮੈਨੂੰ ਜਿੱਥੇ ਤੱਕ ਮੇਰਾ ਨਿੱਜੀ ਵਿਚਾਰ ਹੈ ਇਹਦੇ ਨਾਲ ਕੋਈ ਖਤਰਾ ਨਹੀਂ ਹੋ ਸਕਦਾ ਕਿਸੇ ਦੇਸ਼ ਨੂੰ ਜਿਹੜਾ ਲੋਕਤੰਤਰੀ ਦੇਸ਼ ਹੈ, ਜਿਹੜਾ ਲੋਕਾਂ ਨੂੰ ਦੀਆਂ ਇੰਟਰਸਟ ਦੀ ਗੱਲ ਕਰਦਾ ਹੈ ਉਹਦੇ ਨਾਲ ਜੇ ਮੰਨ ਲਓ ਇੱਥੇ 10 ਲੱਖ ਬੰਦੇ ਵੀ ਉਹਨੂੰ ਲਾਈਕ ਕਰ ਦੇਣ ਜਾਂ 50 ਲੱਖ ਬੰਦੇ ਵੀ ਲਾਈਕ ਕਰ ਦੇਣ, ਉਹਦੇ ਨਾਲ ਇੱਥੇ ਜ਼ਮੀਨੀ ਹਕੀਕਤ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਲੋਕਾਂ ਦੀਆਂ ਇੱਥੇ ਜਾਇਦਾਦਾਂ ਜੁੜੀਆਂ, ਇਹ ਸਟੇਟ ਦੇ ਨਾਲ ਜੋ ਇੰਟਰਸਟ ਜੁੜੇ ਹੋਏ ਆ ਉਹਨੂੰ ਲੋਕ ਕੁਰਬਾਨ ਕਰਨ ਲਈ ਛੇਤੀ ਤਿਆਰ ਨਹੀਂ ਹੋਣੇ। ਦੇਖੋ ਜੀ, ਇਹ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਖਾਲਿਸਤਾਨ ਦਾ ਜਿਹੜਾ ਮੁੱਦਾ ਆ ਇਹਦੇ 'ਤੇ ਸਾਨੂੰ ਜਾਣਾ ਚਾਹੀਦਾ ਵੀ ਇਹ ਸ਼ੁਰੂ ਕਿੱਥੋਂ ਹੋਇਆ। ਜਦੋਂ ਅਰਲੀ 80s ਦੇ ਵਿੱਚ ਇਹ ਮੁੱਦਾ ਸ਼ੁਰੂ ਹੁੰਦਾ ਆ ਉਦੋਂ ਕਾਰਨ ਇਹਦੇ ਪਿੱਛੇ ਕਾਰਨ ਕੀ ਪਏ ਹੋਏ ਨੇ, ਜਦੋਂ ਅਸੀਂ ਇਹ ਦੇਖਦੇ ਹਾਂ ਸਭ ਤੋਂ ਸਿੱਖ ਜਿਹੜੇ ਆ ਸਿੱਖ ਕਮਿਊਨਿਟੀ ਇਹ ਮੰਨਦੀ ਆ, ਖਾਸ ਕਰਕੇ ਸਿੱਖ ਡਾਇਸਪੋਰਾ ਜਿਹੜਾ ਉਹ ਇਹ ਚੀਜ਼ ਮੰਨਦਾ ਕਿ ਸਿੱਖਾਂ ਦੇ ਨਾਲ ਧੱਕਾ ਹੁੰਦਾ ਆ ਰਿਹਾ। ਨੋ ਡਾਊਟ ਸਿੱਖਾਂ ਦੇ ਨਾਲ ਧੱਕਾ ਹੁੰਦਾ ਆ ਰਿਹਾ, ਚਾਹੇ ਉਹ ਰਣਜੀਤ ਸਿੰਘ ਦਾ ਰਾਜ ਹੋਵੇ, ਚਾਹੇ ਉਹ ਬ੍ਰਿਟਿਸ਼ ਅੰਗਰੇਜ਼ਾਂ ਦਾ ਰਾਜ ਹੋਵੇ, ਚਾਹੇ ਕਿਸੇ ਇੱਥੇ ਹੁਣ ਦੀ ਹਕੂਮਤਾਂ ਦਾ ਰਾਜ ਹੋਵੇ, ਹਰੇਕ ਜਿਹੜੀ ਹਕੂਮਤ ਆ ਉਹ ਸਿੱਖਾਂ ਦੇ ਨਾਲ ਧੱਕਾ ਕਰਦੀ ਆ ਰਹੀ ਆ। ਉਹਦੇ ਪਿੱਛੇ ਕਾਰਨ ਇਹ ਆ ਕਿ ਜਿਹੜੇ ਜਦੋਂ ਸਾਨੂੰ ਬਣਦੇ ਹੱਕ ਜਿਹੜੇ ਆ ਨਹੀਂ ਮਿਲਦੇ ਤਾਂ ਨੈਚੁਰਲੀ ਜਿਹੜਾ ਆ ਉਹਦੇ ਪਿੱਛੇ ਜਿਹੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਤੁਸੀਂ ਗੱਲ ਕੀਤੀ ਖਾਲਿਸਤਾਨ ਦੀ, ਜਿਹੜਾ ਖਾਲਿਸਤਾਨ ਦਾ ਜਿਹੜਾ ਤੁਸੀਂ ਨਕਸ਼ੇ ਦੀ ਗੱਲ ਕਰ ਰਹੇ ਹੋ, ਜਦੋਂ ਅਸੀਂ ਲਿਖਦੇ ਹਾਂ ਖਾਲਿਸਤਾਨ ਦੇ ਮੁੱਦੇ 'ਤੇ, ਜਦੋਂ ਅਸੀਂ ਗੱਲ ਕਰਦੇ ਹਾਂ ਹਿੰਦੁਸਤਾਨ ਜਿਹੜੀ ਹਿੰਦੁਸਤਾਨੀ ਹਕੂਮਤ ਨੇ ਜਿਹੜੀਆਂ ਇਹ ਜਿੰਨੀਆਂ ਵੀ ਸਾਈਟਸ ਸੀਗੀਆਂ ਇਹ ਬੰਦ ਕਰ ਦਿੱਤੀਆਂ, ਬਲੌਕ ਕੀਤੀਆਂ ਹੋਈਆਂ। ਸਾਡੀਆਂ ਜਿਹੜੀਆਂ ਏਜੰਸੀਜ਼ ਨੇ ਇਹਨਾਂ 'ਤੇ ਪੂਰੀ ਨਿਗਾਹ ਰੱਖ ਰਹੀਆਂ। 2020 ਰੈਫਰੈਂਡਮ ਜਿਹੜਾ ਸਿੱਖ ਫਾਰ ਜਸਟਿਸ ਕਹਿ ਰਹੇ ਆ ਵੀ 2020 ਰੈਫਰੈਂਡਮ ਕਰਵਾਇਆ ਜਾ ਰਿਹਾ, ਇਹ ਰੈਫਰੈਂਡਮ ਸਿਰਫ ਇੱਕ ਕਿਸਮ ਦੀਆਂ ਹਵਾਈ ਗੱਲਾਂ ਨੇ। ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਅਫੀਸ਼ਲੀ ਜਿਹੜੀਆਂ ਉਹਦੇ ਤਰੀਕੇ ਕੁਛ ਹੋਰ ਹੁੰਦੇ ਆ, ਉਹ ਕਿਸੇ ਅਫੀਸ਼ੀਅਲ ਤਰੀਕੇ ਦੇ ਨਾਲ ਰੈਫਰੈਂਡਮ ਕਰਵਾਏ ਜਾਂਦੇ ਆ। ਅਤੇ ਬਾਕੀ ਆਜ਼ਾਦੀ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਦੇ ਵਿੱਚ ਜਿਹੜੇ ਹਿੰਦੁਸਤਾਨ ਦੇ ਸਿੱਖ ਆ ਕੁਛ ਕੁ ਜਿਹੜੇ ਸਿੱਖ ਕਮਿਊਨਿਟੀ ਡਾਇਸਪੋਰਾ ਕਮਿਊਨਿਟੀ ਆ ਜਿਹੜੀ ਉਹਨੂੰ ਛੱਡ ਕੇ ਬਾਕੀ ਜਿਹੜੀ ਕਮਿਊਨਿਟੀ ਆ ਉਹ ਮੈਨੂੰ ਨਹੀਂ ਲੱਗਦਾ ਜਿੰਨਾ ਕੁ ਅਸੀਂ ਆਮ ਲੋਕਾਂ ਦੇ ਵਿੱਚ ਵਿਚਰਦੇ ਹਾਂ ਆਮ ਲੋਕ ਜਿਹੜੇ ਆਮ ਸਿੱਖ ਨੇ ਇਹਦੇ ਹੱਕ ਦੇ ਵਿੱਚ ਹੋਣਗੇ। ਜਜ਼ਬਾਤੀ ਹੋਣਾ ਕੋਈ ਹੋਰ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਪਰ ਜਿਹੜੀਆਂ ਅਸਲੀਅਤ ਦੇ ਵਿੱਚ ਜਿਹੜੀਆਂ ਯਥਾਰਥ ਦੇ ਵਿੱਚ ਗੱਲਾਂ ਹੁੰਦੀਆਂ ਉਹ ਕੁਛ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਇਹਨਾਂ ਜਿਹੜੀਆਂ ਚੀਜ਼ਾਂ ਨੂੰ ਆਮ ਜਿਹੜੇ ਸਿੱਖ ਨੇ ਸਿੱਖ ਕਮਿਊਨਿਟੀ ਆ ਜਿਹੜੀ ਹਿੰਦੁਸਤਾਨ ਦੇ ਵਿੱਚ ਸਿੱਖ ਕਮਿਊਨਿਟੀ ਰਹਿੰਦੀ ਆ ਜਾਂ ਜਿਹੜੇ ਸ਼ਾਂਤੀ ਪਸੰਦ ਸਿੱਖ ਨੇ ਉਹ ਇਹ ਚੀਜ਼ ਤੋਂ ਕੋਹਾਂ ਦੂਰ ਨੇ, ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਦੋਂ ਗੱਲਾਂ ਕਰਦੇ ਹਾਂ ਅਸੀਂ ਇੱਕ ਅਲੱਗ ਖਿੱਤੇ ਦੀ ਗੱਲ ਕਰਦੇ ਹਾਂ, ਸਾਨੂੰ ਅੰਗਰੇਜ਼ ਹਕੂਮਤ ਨੇ ਵੀ ਸਿੱਖਾਂ ਨੂੰ ਲਾਲਚ ਦਿੱਤਾ ਸੀਗਾ ਕਿ ਅਸੀਂ ਹਿੰਦੁਸਤਾਨ 'ਚ ਤੁਹਾਨੂੰ ਇੱਕ ਅਲੱਗ ਖਿੱਤਾ ਦੇਵਾਂਗੇ। ਉਦੋਂ ਦੀ ਵਜ਼ਾਰਤ ਨੇ ਜਿਹੜੀ ਨਵੀਂ ਬਣੀ ਵਜ਼ਾਰਤ ਨੇ ਵੀ ਸਿੱਖਾਂ ਨੂੰ ਇਹ ਲਾਲਚ ਦਿੱਤਾ ਸੀਗਾ ਕਿ ਜਿਹੜੀ ਤੁਹਾਨੂੰ ਅਲੱਗ ਤੋਂ ਵਜ਼ਾਰਤ ਦਿੱਤੀ ਜਾਊਗੀ। ਸੋ ਸਿੱਖਾਂ ਦੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਆ ਰਿਹਾ। ਇਸ ਧੱਕੇ ਦੇ ਖਿਲਾਫ਼ ਕੁਛ ਕੁ ਲੋਕ ਜਿਹੜੇ ਆ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਕਹਿ ਲਓ ਜਾਂ ਆਪਣੇ ਰਾਜਨੀਤਿਕ ਜਿਹੜਾ ਉਹਨਾਂ ਦਾ ਮੋਹ ਆ ਉਹਦੀ ਖਾਤਰ ਕਹਿ ਲਓ ਉਹ ਇੱਦਾਂ ਦੀਆਂ ਚੀਜ਼ਾਂ, ਕੁਛ ਬਾਹਰ ਦੀਆਂ ਏਜੰਸੀਆਂ ਵੀ ਇਸ ਦੇ ਵਿੱਚ ਸ਼ਾਮਲ
हो सकती कोई पुख्ता सबूत नहीं है पर यह चीज़ा जी सामने आ रही ने। नहीं नहीं चुनौती इनकी अगर पाकिस्तान जे अगर खालिस्तान की गल करूगा तो पाकिस्तान की एजेंसी ये बारे कोई अपने को सबूत नहीं है कि पाकिस्तान दजेंसियां इदा दियाँ कोई कार्रवाई कर रही किसी भड़का रही पर यह चीज़ा जी कुछ शरारती अंसर है जोड़े जोड़े छेड़छाड़ करते रहेंगे साइट्स हाइक कर लेंगे अकाउंट जोड़े आ साढ़े उन्होंने हाइक कर लेंगे इदा के हैकर है कुछ बैठे हुए इदा दिया वालों कोई शरारत की जा सकती पर इदा का कोई ना तो किसी होर किसी बहरली एजेंसी वालों इदा की कोई गल सामने आई ना ही किसी पाकिस्तानी एजेंसी की गल सामने आई। जे पाकिस्तान की गल करिए खालिस्तान की तुम गल की जिदा सर्च इंजन पर असं देखते हैं जिन्ना पुराना पंजाबी खिता से पंजाब पुराना ब्रिटिश पंजाब तो भी वध के उच्चों पंजाब दिखा रहा पर यह पाकिस्तान तो फिर ये हिसाब न खत्म होने की कगार से आ मेरे हिसाब न कोई इदा की हरकत नहीं कर रही उन्होंने एजेंसियां। ਇਹ ਸੀ ਸਾਡਾ ਅੱਜ ਦਾ ਖਾਸ ਵਿਸ਼ਾ। ਅਜਿਹੇ ਬਹੁਤ ਸਾਰੇ ਖਾਸ ਮੁੱਦੇ ਅਤੇ ਵਿਸ਼ੇ ਲੈ ਕੇ ਹਮੇਸ਼ਾ ਹੀ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ।